ਹਰਿਆਣਾ ਦੇ ਅੰਬਾਲਾ ਵਿੱਚ ਦੇਰ ਰਾਤ ਇੱਕ ਦੋਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਅੰਬਾਲਾ ਸ਼ਹਿਰ ਦੇ ਰਾਮਨਗਰ ਇਲਾਕੇ ਵਿੱਚ ਇੱਕ ਕੱਪੜਾ ਵਪਾਰੀ ਦੀ ਪਤਨੀ ਅਤੇ ਉਸਦੇ 4 ਸਾਲ ਦੇ ਬੱਚੇ ਦੀ ਲਾਸ਼ ਉਹਨਾਂ ਦੇ ਘਰ ਵਿੱਚੋਂ ਹੀ ਬਰਾਮਦ ਹੋਈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਦੋਹਰੇ ਕਤਲ ਦੀ ਸੂਚਨਾ ਮਿਲਦਿਆਂ ਹੀ ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਰਦੌਰ ਤੋਂ ਅਜੀਤ ਵੈਬ ਟੀਵੀ ਲਈ ਕੁਲਦੀਪ ਸੈਣੀ ਦੀ ਰਿਪੋਰਟ। ਦਵਿੰਦਰ ਕੁਮਾਰ ਸਚਦੇਵਾ ਜਿਸਕੀ ਸਚਦੇਵਾ ਟ੍ਰੇਡਿੰਗ ਕੰਪਨੀ ਕੇ ਨਾਮ ਸੇ ਕੰਬਲ ਵਗੈਰਾ ਯੇ ਟ੍ਰੇਡਿੰਗ ਕਰਤਾ ਹੈ। ਯਾ ਸੁਬਹ ਕੰਬਲ ਲੈ ਕੇ ਔਰ ਆਨੰਦਪੁਰ ਸਾਹਿਬ ਕੁਰਾਲੀ ਵਗੈਰਾ ਗਿਆ ਥਾ, ਤੋ ਰਾਤ ਕੋ ਜਬ ਵਾਪਿਸ ਆਇਆ ਕਰੀਬ 9:15 ਇਸਕੀ ਟ੍ਰੇਨ ਆਈ ਥੀ, ਉਸਕੇ ਬਾਅਦ ਯੇ ਪੈਦਲ ਆਪਣੇ ਘਰ ਪੇ ਆਇਆ ਤੋ ਉਸਨੇ ਆ ਕੇ ਦੇਖਾ ਕਿ ਜੋ ਕਿਚਨ ਹੈ ਉਸਕੇ ਅੰਦਰ ਇਸਕੀ ਪਤਨੀ ਨਿਰਮਲ ਜਿਸਕੀ ਉਮਰ ਕਰੀਬ 50-52 ਸਾਲ ਬਤਾਈ ਜਾ ਰਹੀ ਹੈ ਔਰ ਇਨਕਾ ਅਡੋਪਟਿਡ ਲੜਕਾ ਜੋ ਕਰੀਬ 4 ਸਾਲ ਕਾ ਹੈ ਉਹ ਦੋਨੋਂ ਮ੍ਰਿਤ ਅਵਸਥਾ ਮੇਂ ਕਿਚਨ ਕੇ ਅੰਦਰ ਪਾਏ ਗਏ ਤੋ ਉਸਮੇਂ ਅਭੀ ਹਮ ਆਏ ਹੈ ਔਰ ਇਸਕੀ ਜਾਂਚ ਚੱਲ ਰਹੀ ਹੈ। ਅਭੀ ਤੱਕ ਕੋਈ ਐਸਾ ਖੁਲਾਸਾ ਨਹੀਂ ਹੋਇਆ ਵੀ ਮਰਡਰ ਕਿਸਨੇ ਕੀਆ ਕਿਸਨੇ ਨਹੀਂ ਕੀਆ, ਲੇਕਿਨ ਜਾਂਚ ਚੱਲ ਰਹੀ ਹੈ। ਮੈਂ ਇਕਦਮ ਆਤੇ ਘਬਰਾ ਗਿਆ, ਦੇਖਾ ਮੈਨੂੰ ਆਵਾਜ਼ ਮਾਰੀ ਪਹਿਲੇ ਆਤੇ ਸਰ ਕਿ ਕਹਾਂ ਹੋ ਕਿੱਧਰ ਹੋ, ਫਿਰ ਮੈਂ ਇੱਧਰ ਉੱਧਰ ਦੇਖਾ ਮੈਨੂੰ ਇਕਦਮ ਦੇਖੇ ਮੈਂ ਤਾਂ ਘਬਰਾ ਗਿਆ। ਮੈਨੂੰ ਉਸਕੋ ਹਿਲਾ ਲੁਆ ਅੱਛੀ ਤਰ੍ਹਾਂ ਵੀ ਬੋਲ ਜਾਏ, ਲੜਕੇ ਕੋ ਵੀ ਆਪਣੇ ਕੋ ਹਿਲਾਇਆ, ਹਿਲਾਨੇ ਕੇ ਬਾਅਦ ਵੀ ਮੁਝੇ ਕੁਛ ਨਜ਼ਰ ਨਹੀਂ ਆਇਆ, ਫਿਰ ਮੇਰਾ ਭਾਈ ਸਾਥ ਰਿਹਾ ਤਾਂ ਉਸੇ ਬੁਲਾਉਣੇ ਚਲਾ ਗਿਆ ਮੈਂ। ਫਿਰ ਪੁਲਿਸ ਕੋ ਸੂਚਨਾ ਦਿਆ ਆਪਨੇ? ਉਹ ਮੇਰੇ ਭਾਈ ਕੇ ਲੜਕਾ ਫਿਰ ਆਇਆ ਉਸਨੇ ਉੱਪਰ ਪੁਲਿਸ ਕੋ ਸੂਚਨਾ ਦੀ ਉਸੇ ਟਾਈਮ। ਕਿਆ ਲੱਗਤਾ ਆਪਕੋ ਕਿਸਨੇ ਮਾਰਾ ਹੋਗਾ? ਕਿਆ ਪਤਾ ਜੀ, ਅਬ ਕਿਆ ਪਤਾ, ਦੁਸ਼ਮਣ ਤੋਂ ਮੇਰਾ ਹੈ ਹੀ ਨਹੀਂ, ਆਪਕੋ ਪਤਾ ਹੈ ਮੈਂ ਬਾਜ਼ਾਰ ਮੇਂ ਮੇਰੀ ਬੋਲਚਾਲ ਅੱਛੀ ਹੈ, ਮਹੱਲੇ ਮੇਂ ਵੀ ਅੱਛੀ ਹੈ, ਕੋਈ ਐਸੀ ਬਾਤ ਨਹੀਂ।